ਤਾਂ ਮਨਪ੍ਰੀਤ ਐਲੀ ਨੂੰ ਤੁਸੀਂ ਸੁਣਿਆ ਵਾਕਿਆ ਜੀ ਅੰਕੜੇ ਬੜੇ ਪਵਿੱਤਰ ਹੁੰਦੇ ਨੇ ਕਹਿੰਦੇ ਨੇ ਫੈਕਟਸ ਆਰ ਪਾਇਸ ਜੀ ਹਾਂ ਅੰਕੜੇ ਪਵਿੱਤਰ ਨੇ ਔਰ ਅੰਕੜਿਆਂ ਨੂੰ ਸਜਦਾ ਕਰਨਾ ਚਾਹੀਦਾ ਫੈਕਟਸ ਨੂੰ ਸਜਦਾ ਕਰਨਾ ਚਾਹੀਦਾ ਫੈਕਟਸ ਨੂੰ ਕੋਈ ਝੁਠਲਾ ਨਹੀਂ ਸਕਦਾ ਕਿ ਫੈਕਟ ਹੈ ਉਹ ਕਹਿੰਦਾ ਕਿ ਆਮ ਆਦਮੀ ਪਾਰਟੀ ਦੀ ਅੱਜ ਪੰਜਾਬ ਭਰ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ ਆਮ ਆਦਮੀ ਪਾਰਟੀ ਨੇ ਹੁੰਜਾ ਫੇਰ 61 ਜਿੱਤ ਹਾਸਲ ਕੀਤੀ ਹੈ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਬਿਆਨ ਲਗਾਤਾਰ ਸੁਣਾ ਰਹੇ ਹਾਂ ਔਰ ਖਾਸ ਤੌਰ ਤੇ ਜਿੱਤ ਦੀ ਜਿਹੜੀ ਖੁਮਾਰੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਪਰ ਚੜੀ ਹੋਈ ਹੈ ਉਹ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੀਆਂ ਸੜਕਾਂ ਤੇ ਅੱਜ ਤੁਸੀਂ ਨਿਕਲ ਕੇ ਵੇਖੋ ਪੰਜਾਬ ਦੀ ਸੜਕਾਂ ਦੇ ਉੱਪਰ ਅੱਜ ਵਾਕਈ ਜੀ ਇੱਕ ਅਜੀਹੀ ਖੁਸ਼ੀ ਵਿਖਾਈ ਦੇ ਰਹੀ ਹੈ ਪੰਜਾਬ ਦੀਆਂ ਸੜਕਾਂ ਦੇ ਉੱਪਰ ਅਜੀਹੀ ਇੱਕ ਉਮੀਦ ਦੀ ਕਿਰਨ ਵਿਖਾਈ ਦੇ ਰਹੀ ਹੈ ਭਾਵੇਂ ਸ਼ਾਮ ਹੋਣ ਨੂੰ ਆ ਗਈ ਹੈ ਪਰ ਫਿਰ ਵੀ ਸੂਰਜ ਚੜਿਆ ਵਿਖਾਈ ਦਿੰਦਾ ਹੈ ਭਾਵੇਂ ਸ਼ਾਮ ਹੋਣ ਨੂੰ ਆ ਗਈ ਹੈ ਪਰ ਫਿਰ ਵੀ ਲੋਕਾਂ ਦੇ ਦਿਲਾਂ ਵਿੱਚ ਚਾਹ ਜੀ ਹੈ ਕਿ ਜਿਸ ਤਾਂ ਹਲੇ ਹੁਣੇ ਹੀ ਸਵੇਰ ਹੋਈ ਹੈ ਪੰਜਾਬ ਦੇ ਵਿੱਚ ਅੱਜ ਹੀ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋਈ ਹੈ ਬਰਨਾਲਾ ਜਲੰਧਰ ਅੰਮ੍ਰਿਤਸਰ ਅਤੇ ਸੰਗਰੂਰ ਦੀਆਂ ਤਸਵੀਰਾਂ ਜੀ ਹਾਂ ਢੋਲੀ ਡਗੇ ਤੇ ਢੋਲ ਦੇ ਡਗੇ ਤੇ ਬਿਲਕੁਲ ਇਸ ਵੇਲੇ ਥਾਪ ਵਜਾ ਰਿਹਾ ਤੇ ਲੋਕ ਅੱਜ ਹੀ ਹੋਲੀ ਮਨਾ ਰਹੇ ਨੇ ਅੱਜ ਹੀ ਦੀਵਾਲੀ ਮਨਾ ਰਹੇ ਨੇ ਅੱਜ ਹੀ ਸਮਝ ਰਹੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਨਵ ਵਿਆਹੀ ਜੋੜੀ ਆਈ ਹੋਵੇ ਜੀ ਹਾਂ ਭੰਗੜੇ ਇਦਾਂ ਪੈ ਰਹੇ ਨੇ ਕਿ ਜਿੱਦਾਂ ਅੱਜ ਹੀ ਸਭ ਤੋਂ ਵੱਡਾ ਜਸ਼ਨ ਦਾ ਦਿਨ ਹੋਵੇ ਸਰਬਜੀਤ ਕੌਰ ਕੀ ਕੁਝ ਆਪਣਾ ਪ੍ਰਤੀਕਰਮ ਦਿੰਦੇ ਵਿਖਾਈ ਦਿੱਤੇ ਇੱਕ ਵਾਰ ਉਹਨਾਂ ਨੂੰ ਵੀ ਸੁਣ ਲੈਂਦੇ ਹਾਂ ਸਾਡੇ ਨਾਲ ਇੱਥੇ ਮੌਜੂਦ ਨੇ ਬੀਬੀ ਸਰਜੀਤ ਕੌਰ ਮਾਨੂਗਾ ਜਿਨ੍ਹਾਂ ਨੇ ਤਕਰੀਬਨ 39,000 ਤੋਂ ਵੱਧ ਵੋਟਾਂ ਨਾਲ ਜਗਰਾਓਂ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਹੈ ਆਪਾਂ ਜਾਣਦੇ ਹਾਂ ਕੀ ਕਹਿੰਦੇ ਆ ਬੀਬੀ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਪਹਿਲਾਂ ਤਾਂ ਜੀ ਕੀ ਕਹੋਗੇ ਰੱਬ ਤੇ ਮਾਪਿਆਂ ਤੋਂ ਬਾਅਦ ਮੈਂ ਧੰਨਵਾਦ ਕਰਦੀ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਮੇਰੇ ਵਰਗੀ ਨਿਮਾਣੀ ਜੀ ਧੀ ਨੂੰ ਮੌਕਾ ਦਿੱਤਾ ਅਤੇ ਦੂਸਰੀ ਵਾਰ ਦੀ ਮੈਂ MLA ਬਣੀ ਹਾਂ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਅਤੇ ਮੇਰੇ ਸਪੈਸ਼ਲੀ ਭਗਵੰਤ ਮਾਨ ਜੀ ਦਾ ਅਤੇ ਮੇਰੇ ਜਗਰਾਓਂ ਦੇ ਵੋਟਰਾਂ ਦਾ ਸਪੋਰਟਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਭੁੱਖੇ ਪਿਆਸੇ ਰਹਿ ਕੇ ਮੇਰੀ ਜਿੱਤ ਦੇ ਵਿੱਚ ਯੋਗਦਾਨ ਪਾਇਆ ਮੈਂ ਇਸ ਜਿੱਤ ਨੂੰ ਉਹਨਾਂ ਦਾ ਕਰ ਸਮਝ ਕੇ 5 ਸਾਲ ਜਿਸ ਤਰ੍ਹਾਂ ਪਹਿਲਾਂ ਕੰਮ ਕੀਤਾ ਉਸ ਤੋਂ ਵੱਧ ਕੰਮ ਕਰਾਂਗੀ ਕਿਉਂਕਿ ਮੈਨੂੰ ਪਤਾ ਮੇਰੇ ਭੈਣ ਭਰਾਵਾਂ ਨੇ ਮੈਨੂੰ ਬੜੀ ਆਸ ਨਾਲ ਇੱਥੇ ਤੱਕ ਪਹੁੰਚਾਇਆ ਮੈਂ ਉਹਨਾਂ ਦੀ ਆਸਾਂ 'ਤੇ ਖਰਾ ਉਤਰਾਂਗੀ ਭੈਣ ਜੀ ਇੱਕ ਜਗਰਾਓਂ ਹਲਕੇ ਤੋਂ ਬਹੁਤ ਵੱਡੀ ਜਿੱਤ ਹੋਈ ਹੈ ਔਰ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਹੈ ਕੀ ਕਹੋਗੇ ਕੀ ਆਮ ਆਦਮੀ ਪਾਰਟੀ ਦਾ ਹੁਣ ਕੀ ਮਾਹੌਲ ਹੈ ਪੰਜਾਬ ਦੇ ਵਿੱਚ ਲੋਕ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਚੁੱਕੇ ਸੀ ਜਿਨ੍ਹਾਂ ਦਾ ਫਤਵਾ ਉਹਨਾਂ ਨੇ ਸੁਣਾਤਾ ਹੁਣ ਜਿਹੜਾ ਅੱਜ ਪੰਜਾਬ ਦੇ ਵਿੱਚ ਇੱਕ ਸੁਨਹਿਰੀ ਅੱਖਰਾਂ ਨਾਲ ਇਤਿਹਾਸ ਲਿਖਣਾ ਸ਼ੁਰੂ ਹੋ ਗਿਆ ਕਿ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਲੋਕਾਂ ਨੇ ਆਪਣੇ ਘਰਾਂ ਦੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਮੌਕਾ ਦੇ ਕੇ ਇਹ ਦਰਸਾਤਾ ਕਿ ਹੁਣ ਰਜਵਾੜਾ ਸ਼ਾਹੀ ਸਾਡੇ 'ਤੇ ਰਾਜ ਨਹੀਂ ਕਰ ਸਕਦੀ ਅਸੀਂ ਲੋਕ ਆਪਣੇ ਆਪ ਆਪਣੀਆਂ ਗੱਦੀਆਂ ਸੰਭਾਲਾਂਗੇ ਅਤੇ ਆਪਣੇ ਲੋਕਾਂ ਨੂੰ ਸੌਖਾ ਕਰਾਂਗੇ ਸੋ ਦੇਖਿਆ ਤੁਸੀਂ ਕਿਸ ਤਰ੍ਹਾਂ ਆਪਾਂ ਨੂੰ ਬੀਬੀ ਸਰਬਜੀਤ ਕੌਰ ਮਾਨੂਗੇ ਨੇ ਖੁੱਲ੍ਹ ਕੇ ਕਿਹਾ ਕਿ ਉਹਨਾਂ ਵੱਲੋਂ ਹੁਣ ਜੋ ਲੋਕਾਂ ਨੇ ਫਤਵਾ ਉਹਨਾਂ ਦੇ ਹੱਕ ਵਿੱਚ ਦਿੱਤਾ ਹੈ ਜੋ ਭਰੋਸਾ ਲੋਕਾਂ ਨੇ ਉਹਨਾਂ ਦਾ ਜਿਤਾਇਆ ਹੈ ਉਸ 'ਤੇ ਉਹ ਪੂਰਾ ਖਰਾ ਉਤਰਨਗੇ ਔਰ ਪੰਜਾਬ ਨੂੰ ਪੂਰੀ ਤਰ੍ਹਾਂ ਇੱਕ ਨਵੀਂ ਦਿਸ਼ਾ ਵੱਲ ਲਿਜਾਣਗੇ ਔਰ ਜਗਰਾਓਂ ਹਲਕੇ ਦੇ ਜੋ ਵੀ ਲੋਕਾਂ ਦੇ ਕੰਮ ਹੋਣਗੇ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ ਆਪਣੇ ਕੈਮਰਾਮੈਨ ਰਜੀਸ਼ ਬਾਂਸਲ ਦੇ ਨਾਲ ਹਿਮਰਾਜ ਬੱਬਰ PTC ਨਿਊਜ਼ ਜਗਰਾਓਂ ਜਕਾਰਾ ਲਾਇਆ ਸੀ ਕਿਸੇ ਮਿੱਤਰ ਪਿਆਰੇ ਨੇ ਵਿੱਚੇ ਰਹਿ ਗਿਆ ਅਸੀਂ ਲਾ ਦਿੰਦੇ ਹਾਂ ਜੋ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ